प्यारे बच्चों सस्काल् जमात तीसरी विषय गणित आज ਆਪਾਂ ਅਧਿਆਏ 8 ਦੇ ਬਹੁ ਵਿਕਲਪਕ ਪ੍ਰਸ਼ਨਾਂ ਨੂੰ ਹੱਲ ਕਰਨਾ ਸਿੱਖਾਂਗੇ। ਹੇਠਾਂ ਦਿਖਾਈਆਂ ਵਸਤੂਆਂ ਦਾ ਉਹਨਾਂ ਦੀ ਸਮਰੱਥਾ ਦੇ ਆਧਾਰ ਤੇ ਵਾਧਾ ਕ੍ਰਮ ਦੱਸੋ। ਪਿਆਰੇ ਬੱਚਿਓ ਤਸਵੀਰ ਵਿੱਚ ਕਿਹੜੀਆਂ-ਕਿਹੜੀਆਂ ਵਸਤੂਆਂ ਦਿਖਾਈਆਂ ਗਈਆਂ ਹਨ? ਹਾਂਜੀ। ਬਾਲਟੀ, ਗਲਾਸ, ਜਗ ਚਮਚ ਅਤੇ ਟੱਬ ਬੱਚਿਓ ਜੇਕਰ ਇਹਨਾਂ ਵਸਤੂਆਂ ਵਿੱਚ ਪਾਣੀ ਭਰਿਆ ਜਾਵੇ ਤਾਂ ਸਭ ਤੋਂ ਘੱਟ ਪਾਣੀ ਕਿਸ ਵਸਤੂ ਵਿੱਚ ਆਵੇਗਾ ਸ਼ਾਬਾਸ਼ ਚਮਚ ਵਿੱਚ ਸਭ ਤੋਂ ਘੱਟ ਪਾਣੀ ਆਵੇਗਾ ਇਸ ਲਈ ਕ੍ਰਮ ਵਿੱਚ ਸਭ ਤੋਂ ਪਹਿਲਾਂ ਚਮਚ ਨੂੰ ਰੱਖਦੇ ਹਾਂ ਬੱਚਿਓ ਹੁਣ ਬਾਕੀ ਦੀਆਂ ਵਸਤੂਆਂ ਵਿੱਚੋਂ ਕਿਸ ਵਸਤੂ ਵਿੱਚ ਘੱਟ ਪਾਣੀ ਆਵੇਗਾ ਸ਼ਾਬਾਸ਼ ਗਲਾਸ ਵਿੱਚ ਇਸ ਲਈ ਕ੍ਰਮ ਵਿੱਚ ਦੂਸਰੇ ਸਥਾਨ ਤੇ ਗਲਾਸ ਰੱਖਦੇ ਹਾਂ ਬੱਚਿਓ ਬਾਕੀ ਦੀਆਂ ਵਸਤੂਆਂ ਵਿੱਚੋਂ ਸਭ ਤੋਂ ਘੱਟ ਪਾਣੀ ਕਿਸ ਵਸਤੂ ਵਿੱਚ ਆਵੇਗਾ ਹਾਂਜੀ ਜੱਗ ਵਿੱਚ ਇਸ ਲਈ ਕ੍ਰਮ ਵਿੱਚ ਤੀਸਰੇ ਨੰਬਰ ਤੇ ਜੱਗ ਨੂੰ ਰੱਖਦੇ ਹਾਂ ਪਿਆਰੇ ਬੱਚਿਓ ਬਾਲਟੀ ਅਤੇ ਟੱਬ ਵਿੱਚ ਜੇਕਰ ਪਾਣੀ ਪੜੀਏ ਤਾਂ ਕਿਸ ਵਿੱਚ ਘੱਟ ਪਾਣੀ ਆਵੇਗਾ ਹਾਂਜੀ ਬਾਲਟੀ ਵਿੱਚ ਇਸ ਲਈ ਕ੍ਰਮ ਵਿੱਚ ਚੌਥੇ ਸਥਾਨ ਤੇ ਬਾਲਟੀ ਨੂੰ ਰੱਖਦੇ ਹਾਂ ਅਤੇ ਕ੍ਰਮ ਦੇ ਅਖੀਰ ਵਿੱਚ ਟੱਬ ਨੂੰ ਰੱਖਦੇ ਹਾਂ ਇਸ ਤਰ੍ਹਾਂ ਇਸ ਸਵਾਲ ਦਾ ਸਹੀ ਜਵਾਬ ਭਾਗ ਸ ਹੈ ਆਓ ਬੱਚਿਓ ਅਗਲਾ ਸਵਾਲ ਹੱਲ ਕਰੀਏ ਸਬਜੀ ਵਾਲਾ ਸਬਜੀ ਤੋਲਣ ਲਈ ਕਿਸ ਦੀ ਵਰਤੋਂ ਕਰਦਾ ਹੈ ਇਸ ਸਵਾਲ ਦੇ ਚਾਰ ਵਿਕਲਪ ਦਿੱਤੇ ਗਏ ਹਨ ਫੁੱਟਾ ਥਰਮਾਮੀਟਰ ਤੱਕੜੀ ਅਤੇ ਕੜੀ ਬੱਚਿਓ ਫੁੱਟੇ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ ਹਾਂਜੀ ਫੁੱਟੇ ਦੀ ਵਰਤੋਂ ਨਾਲ ਲੰਬਾਈ ਨੂੰ ਮਾਪਿਆ ਜਾਂਦਾ ਹੈ ਇਸੇ ਤਰ੍ਹਾਂ ਬੱਚਿਓ ਤੁਸੀਂ ਜਾਣਦੇ ਹੋ ਕਿ ਥਰਮਾਮੀਟਰ ਨਾਲ ਤਾਮਨ ਨੂੰ ਮਾਪਿਆ ਜਾਂਦਾ ਹੈ। ਬੱਚਿਓ ਤਕੜੀ ਦੀ ਵਰਤੋਂ ਨਾਲ ਵਸਤੂਆਂ ਦਾ ਭਾਰ ਤੋਲਿਆ ਜਾਂਦਾ ਹੈ। ਅਤੇ ਕੜੀ ਦੀ ਵਰਤੋਂ ਸਮਾਂ ਦੇਖਣ ਲਈ ਕੀਤੀ ਜਾਂਦੀ ਹੈ। ਬੱਚਿਓ ਤੁਸੀਂ ਜਾਣਦੇ ਹੋ ਕਿ ਸਬਜ਼ੀ ਵੇਚਣ ਵਾਲਾ ਸਬਜ਼ੀ ਨੂੰ ਤੋਲ ਕੇ ਵੇਚਦਾ ਹੈ। ਤਾਂ ਇਹਨਾਂ ਵਿੱਚੋਂ ਸਬਜ਼ੀ ਵਾਲਾ ਸਬਜ਼ੀ ਵੇਚਣ ਲਈ ਕਿਸ ਦੀ ਵਰਤੋਂ ਕਰੇਗਾ? ਹਾਂਜੀ ਤੱਕੜੀ ਦੀ ਇਸ ਸਵਾਲ ਦਾ ਸਹੀ ਜਵਾਬ ਭਾਗ ਈ ਡੀ ਹੈ ਪਾਣੀ ਦੀ ਬੋਤਲ ਵਿੱਚ ਹੋਰ ਕਿੰਨੇ ਲੀਟਰ ਪਾਣੀ ਆ ਸਕਦਾ ਹੈ ਪਿਆਰੇ ਬੱਚਿਓ ਦਿਖਾਈ ਗਈ ਤਸਵੀਰ ਵਿੱਚ ਪਾਣੀ ਦੀ ਬੋਤਲ ਉੱਪਰ 0 ਤੋਂ 6 ਤੱਕ ਨਿਸ਼ਾਨ ਲੱਗੇ ਹਨ ਇਸ ਦਾ ਭਾਵ ਹੈ ਕਿ ਪਾਣੀ ਦੀ ਬੋਤਲ ਵਿੱਚ 6 ਲੀਟਰ ਪਾਣੀ ਭਰਿਆ ਜਾ ਸਕਦਾ ਹੈ ਇਸ ਦਾ ਮਤਲਬ ਹੈ ਪਾਣੀ ਦੀ ਬੋਤਲ ਦੀ ਧਾਰਨ ਸਮਰੱਥਾ 6 ਲੀਟਰ ਹੈ प्यारे बच्चों पानी दी बोतल दी तस्वीर ਵਿੱਚ 3 ਦੇ ਨਿਸ਼ਾਨ ਤੱਕ ਪਾਣੀ ਭਰਿਆ ਹੋਇਆ ਦਿਖਾਇਆ ਗਿਆ ਹੈ ਇਸ ਦਾ ਕੀ ਮਤਲਬ ਹੈ ਹਾਂਜੀ ਇਸ ਦਾ ਮਤਲਬ ਹੈ ਬੋਤਲ ਵਿੱਚ ਪਹਿਲਾਂ ਤੋਂ 3 ਲੀਟਰ ਪਾਣੀ ਮੌਜੂਦ ਹੈ ਪਿਆਰੇ ਬੱਚਿਓ ਬੋਤਲ ਦੀ ਧਾਰਨ ਸਮਰੱਥਾ 6 ਲੀਟਰ ਦੀ ਹੈ ਅਤੇ ਇਸ ਵਿੱਚ 3 ਲੀਟਰ ਪਾਣੀ ਮੌਜੂਦ ਹੈ ਤਾਂ ਇਸ ਬੋਤਲ ਨੂੰ ਪੂਰਾ ਭਰਨ ਲਈ ਹੋਰ ਕਿੰਨੇ ਪਾਣੀ ਦੀ ਲੋੜ ਪਵੇਗੀ ਹਾਂਜੀ 3 ਲੀਟਰ ਪਾਣੀ ਦੀ ਲੋੜ ਪਵੇਗੀ ਇਸ ਲਈ ਇਸ ਸਵਾਲ ਦਾ ਸਹੀ ਜਵਾਬ ਭਾਗ ਅ ਹੈ ਪਿਆਰੇ ਬੱਚਿਓ ਘਰ ਦੇ ਕੰਮ ਵਿੱਚ ਤੁਸੀਂ ਬਹੁ ਵਿਕਲਪਿਕ ਸਵਾਲਾਂ ਦਾ ਅਭਿਆਸ ਕਰਨਾ ਹੈ ਧੰਨਵਾਦ